ਮੁਕੇਰੀਆਂ ਵਿੱਚ ਇੱਕ ਸਨਾਰ ਵੱਲੋਂ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮਹਿੰਦੀਪੁਰ ਦੇ ਪੀੜਤ ਹਰਭਜਨ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਲੜਕੇ ਦੇ ਵਿਆਹ ਲਈ ਮੁਕੇਰੀਆਂ ਸਥਿਤ ਰਾਮਿਆਨੰਦ ਵਰਮਾ ਅਤੇ ਉਸਦੀ ਪਤਨੀ ਪ੍ਰਿਆ ਵਰਮਾ, ਜੋ ਕਿ ਨਿਊ ਫੈਂਸੀ ਜਵੈਲਰਸ ਨਾਂ ਦੀ ਦੁਕਾਨ ਕਰਦੇ ਹਨ, ਕੋਲੋਂ ਕਰੀਬ 8,59,000 ਰੁਪਏ ਦੇ ਗਹਿਣੇ ਖਰੀਦੇ ਸਨ। ਵਿਆਹ ਦੇ ਕੁਝ ਦਿਨ ਬਾਅਦ ਉਸਦੀ ਨੂੰਹ ਦੇ ਪਹਿਨੇ ਗਹਿਣਿਆਂ ਦਾ ਰੰਗ ਉਤਰਨ ਲੱਗਾ ਤਾਂ ਉਹਨਾਂ ਨੂੰ ਇਸ ਧੋਖੇ ਦਾ ਪਤਾ ਲੱਗਾ। ਚੈੱਕ ਕਰਵਾਉਣ ਤੇ ਇਹ ਸਾਰੇ ਗਹਿਣੇ ਪਿੱਤਲ ਦੇ ਨਿਕਲੇ, ਜਿਸ ਦੇ ਬਾਅਦ ਉਹਨਾਂ ਨੇ ਸੁਨਾਰ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਉਹਨਾਂ ਦੇ ਇੱਕ ਨਾ ਸੁਣੀ, ਜਿਸ ਦੇ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਉਧਰ ਪੁਲਿਸ ਨੇ ਇਸ ਸੰਬੰਧ ਵਿੱਚ ਪੀੜਤ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਠੱਗੀ ਮਾਰਨ ਵਾਲੇ ਸੁਨਾਰ ਅਤੇ ਉਸਦੀ ਪਤਨੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ, ਪਰ ਦੋਨੋਂ ਪੁਲਿਸ ਦੀ ਗ੍ਰਿਫਤ ਤੋਂ ਦੂਰ ਫਰਾਰ ਦੱਸੇ ਜਾ ਰਹੇ ਹਨ। ਮੇਰੇ ਲੜਕੇ ਦਾ ਵਿਆਹ ਸੀ ਤੇ ਮੈਂ ਇਹਨਾਂ ਕੋਈ ਗਾਣੇ ਬਣਾਏ, ਕੁਝ ਦਿਨਾਂ ਬਾਅਦ ਉਹ ਗਾਣੇ ਜਿਹੀ ਕੁਝ ਸਾਫ਼ ਹੋ ਗਏ, ਚਿੱਟੇ ਹੋ ਗਏ, ਸਾਨੂੰ ਸ਼ੱਕ ਪੈ ਗਿਆ ਜੀ। ਅਤੇ ਉਹ ਗਾਣੇ ਮਤਲਬ ਕਿ ਪਿੱਤਲ ਦੇ ਨਾਲ ਠੱਗੀ ਹੋ ਗਈ ਜੀ, 8-9 ਲੱਖ ਦੇ। ਸਾਡੇ ਨਾਲ ਮੇਰੇ ਕੁਟੁੰਬ ਸਾਹਿਬ ਵੀ ਕਰਨੈਲ ਸਿੰਘ ਨਰੈਣਗੜ੍ਹ ਤੋਂ, ਉਹਨਾਂ ਦੇ 9-10 ਲੱਖ ਦੇ ਗਾਣੇ ਨਾਲ ਮਿਲੇ, ਉਹਨਾਂ ਨਾਲ ਵੀ ਠੱਗੀ ਹੋ ਗਈ। ਮੈਂ ਇੱਥੇ ਦੁਕਾਨ 'ਤੇ ਆਉਂਦਾ ਸੀ, ਦੁਕਾਨ ਬਹੁਤ ਸਾਲ ਦੀ ਪੁਰਾਣੀ, ਯਕੀਨ ਸਾਨੂੰ ਇੱਥੇ ਬਣਿਆ ਸੀ, ਇਹਨਾਂ ਨੇ ਸਾਡੇ ਨਾਲ ਇਹਨਾਂ ਨੇ ਬਹੁਤ ਠੱਗੀ ਕੀਤੀ। ਇਹਦੇ ਬਾਰੇ ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਜਿਹੜੀ ਧੋਖਾਬਾਜ਼ੀ ਨਾਲ ਕੀਤੀ ਇੱਕ ਸਾਡੇ ਕੋਲੋਂ ਇਤਲਾਹ ਹਰਭਜਨ ਸਿੰਘ ਪੁੱਤਰ ਗੁਰਨਾਮ ਸਿੰਘ, ਅਸੀਂ ਮਹਿੰਦੀਪੁਰ ਹੈ, ਜਿਹੜਾ ਜਹਾਲ ਰੰਧਾਵਾ ਕਲੋਨੀ ਰਹਿੰਦਾ, ਉਹਨੇ ਆਪਣੇ ਲੜਕੇ ਸੁਖਦੀਪ ਸਿੰਘ ਦੀ ਸ਼ਾਦੀ ਜਿਹੜੀ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਗਹਿਣਾ ਬਣਵਾਇਆ ਸੀ ਰਾਮਾਨੰਦ ਸੰਨਿਆਰੇ ਕੋਲ, ਨਿਊ ਫੈਂਸੀ ਅਜੂਦਰ ਇੱਥੇ ਮੁਕੇਰੀਆਂ ਤੋਂ। ਇਹ ਜਿਹੜਾ ਗਹਿਣਾ ਵਾ ਉਹ ਸਾਰਾ ਉਹਨਾਂ ਨੇ ਚੈੱਕ ਕਰਾਇਆ, ਵਿਆਹ ਤੋਂ ਬਾਅਦ ਉਹ ਸਾਰਾ ਹੀ ਜਿਹੜਾ ਗਹਿਣਾ ਉਹ ਜਾਲੀ ਪਿੱਤਲ ਦਾ ਜਾਲ, ਉਹਦੇ 'ਤੇ ਸੋਨੇ ਦੀ ਝਾਲ ਦਿੱਤੀ। ਉਹਨਾਂ ਦੇ ਨਾਲ ਇਹਨਾਂ ਨੇ ਤਕਰੀਬਨ 21 ਲੱਖ ਰੁਪਏ ਦੀ ਜਿਹੜੀ ਉਹ ਠੱਗੀ ਮਾਰੀ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਸਰ? ਅਸੀਂ ਇਹਦੇ ਸੰਬੰਧ ਵਿੱਚ ਜਿਹੜਾ ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 44-3-3-16 ਅੰਡਰ ਸੈਕਸ਼ਨ 420-420 ਦੇ ਦਰਜ ਕਰ ਦਿੱਤਾ, ਤਫਤੀਸ਼ ਚੱਲਦੀ ਹੈ। ਇਹ ਰਮਨੰਦ ਅਤੇ ਉਹਦੀ ਵਾਈਫ ਦੇ ਦੋਵਾਂ ਦੇ ਖਿਲਾਫ਼ ਅਜੇ ਇਹਨਾਂ ਦੀ ਅਰੈਸਟ ਨਹੀਂ ਹੈ, ਉਸ ਦਿਨ ਤੋਂ ਦੁਕਾਨ ਬੰਦ ਕਰਕੇ ਭੱਜ ਗਏ ਨੇ, ਇਹਨਾਂ ਦੀ ਤਲਾਸ਼ ਜਾਰੀ ਹੈ ਅਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਹੋਰ ਵੀ ਕਾਫੀ ਇਹਨਾਂ ਦੀ ਵਿਰੁੱਧ ਜਿਹੜੀ ਹੈ ਲੋਕ। ਮੁਕੇਰੀਆਂ ਤੋਂ ਪ੍ਰੇਮ ਕੁਮਾਰ ਦੀ ਰਿਪੋਰਟ, 5 ਆਪ ਟੂਡੇ।